ਕਹਿਣਾ ਚਾਹੁੰਦੇ ਹੋ ਲਗਾਤਾਰ ਕਾਂਗਰਸ ਨੂੰ ਲੋਕ ਛੱਡ ਕੇ ਕਾਂਗਰਸ ਭਾਜਪਾ ਦੇ ਵਿੱਚ ਜਾ ਰਹੇ ਨੇ, ਕਿਸ ਤਰ੍ਹਾਂ ਦੇਖ ਰਹੇ ਹੋ ਇਸ ਰਾਜਨੀਤੀ ਨੂੰ, ਕਿਉਂਕਿ ਲੋਕ ਸਭਾ ਚੋਣਾਂ ਦੇ ਨੇੜੇ ਹੀ ਇੱਦਾਂ? ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਬਹੁਤ ਵੱਡੀ ਦੇਸ਼ ਦੀ ਪਾਰਟੀ ਹੈ ਔਰ ਮੈਂ ਅਸੀਂ ਚੁੱਪ ਕਰਕੇ ਇਸ ਨੂੰ ਬੈਠ ਕੇ ਦੇਖ ਨਹੀਂ ਸਕਦੇ। ਮੈਂ 3-4 ਦਿਨਾਂ ਦੀਆਂ ਘਟਨਾਵਾਂ ਕਿ ਇੱਧਰੋਂ ਉੱਧਰੋਂ ਦਲ ਬਦਲੀ ਜਿਵੇਂ ਆਪਾਂ ਕਹਿੰਦੇ ਹਾਂ ਹੋ ਰਹੀ ਹੈ, ਇਹਦੇ ਵਾਸਤੇ ਫੌਰੀ ਤੌਰ 'ਤੇ ਦਿੱਲੀ ਜਲਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਹਾਈਕਮਾਂਡ ਨਾਲ ਬੈਠ ਕੇ ਕਿ ਆਪਾਂ ਅੰਦਰ ਝਾਤੀ ਮਾਰੀਏ, ਪੜਚੋਲ ਕਰੀਏ ਕਿ ਸਾਡੀ ਆਪਣਾ ਕੋਈ ਐਡਵਾਈਜ਼ਰੀ ਕਮੇਟੀਆਂ ਦੇ ਵਿੱਚ ਦਿੱਤੇ ਹੋਏ ਫੈਸਲਿਆਂ ਦੇ ਵਿੱਚ ਕੋਈ ਕਮੀ ਹੈ ਕਿ ਜਾਂ ਲੋਕਾਂ ਵਿੱਚ ਕਮੀ ਹੈ, ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਅਸੀਂ ਅੱਖਾਂ ਦੇ ਸਾਹਮਣੇ ਕਾਂਗਰਸ ਪਾਰਟੀ ਮਰਨ ਨਹੀਂ ਦੇਣੀ, ਅਸੀਂ ਹੁਣ ਇਹ ਫੈਸਲਾ ਕੀਤਾ, ਸਾਰੇ ਹੋਰ ਵੀ ਪੁਰਾਣੇ ਲੀਡਰ ਨੇ, ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਔਰ ਸਪੈਸ਼ਲੀ ਮੈਂ ਕਿਉਂਕਿ ਇਸ ਪਾਰਟੀ ਵਿੱਚ ਅੱਖਾਂ ਖੋਲੀਆਂ, ਅੱਖਾਂ ਦੇ ਸਾਹਮਣੇ ਅਸੀਂ ਆਪਣੀ ਪਾਰਟੀ ਮਰਦੀ ਅਤੇ ਡੁੱਬਦੀ ਨਹੀਂ ਦੇਖਣਾ ਚਾਹੁੰਦੇ। ਜਾ ਕੇ ਮੈਂ ਸੋਨੀਆ ਜੀ, ਰਾਹੁਲ ਜੀ, ਹੋਰ ਲੀਡਰਸ਼ਿਪ ਖੜਗੇ ਜੀ ਸਾਰਿਆਂ ਨੂੰ ਮਿਲ ਕੇ ਆਪਣੀ ਰਾਏ ਵੀ ਦੇਵਾਂਗੀ ਔਰ ਉਹਨਾਂ ਨੂੰ ਪੂਰਾ ਅਲਰਟ ਵੀ ਕਰੂੰਗੀ, ਇੱਕ ਮੰਥਨ ਕਰਨ ਵਾਸਤੇ ਵੀ ਕਹੂੰਗੀ। ਵੀਰ ਰਜਿੰਦਰ ਕੌਰ ਭੱਠਲ ਕੀ ਦੂਜੀ ਭਾਜਪਾ ਦੇ ਵਿੱਚ ਜਾ ਸਕਦੇ ਆ, ਜਿਸ ਤਰ੍ਹਾਂ ਕਿ ਵੱਡੇ ਦਿੱਗਜ ਨੇਤਾ ਜੇ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਚਲੇ ਗਏ, ਸੁਨੀਲ ਜਾਖੜ ਚਲੇ ਗਏ, ਹੁਣ ਪ੍ਰਧਾਨ ਭਾਜਪਾ ਦੇ ਨੇ ਅਤੇ ਹੁਣ ਰਵਨੀਤ ਬਿੱਟੂ ਚਲੇ ਗਏ, ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਨਵਜੋਤ ਸਿੱਧੂ ਜਿਹੜੇ ਹੈਗੇ ਆ ਹੁਣ ਉਹ ਨਾਰਾਜ਼ ਚੱਲ ਰਹੇ ਆ ਕਾਂਗਰਸ ਤੋਂ, ਕੀ ਲੱਗਦਾ ਹੀ ਨਹੀਂ ਵੀ ਆਉਣ ਵਾਲੇ ਸਮੇਂ 'ਤੇ ਹੋਰ ਵੀ ਵੱਡੇ ਦਿੱਗਜ ਜਾ ਸਕਦੇ ਜਿਹਦੇ ਵਿੱਚ ਕਿ ਬੀਬੀ ਰਜਿੰਦਰ ਕੌਰ ਭੱਠਲਾ ਵੀ ਨਾ ਆ ਸਕਦਾ? ਦੇਖੋ ਜਿਹੜੇ ਬਾਕੀ ਜਾਂ ਦਾ ਨਾਂ ਲਿਆ ਤੁਸੀਂ ਕਹੋਗੇ ਉਹਨਾਂ ਦੇ ਪਤਾ ਨਹੀਂ ਕੀ ਰੀਜ਼ਨ ਹੋਣਗੇ, ਲੇਕਿਨ ਜਿਹੜਾ ਕੈਪਟਨ ਦਾ ਨਾਂ ਲਿਆ ਮੇਰੇ ਤਾਂ ਕੈਪਟਨ ਜ਼ਮੀਨ ਅਤੇ ਅਸਮਾਨ ਦਾ ਫਰਕ ਹੈ। ਕੈਪਟਨ ਸਾਹਿਬ ਤਾਂ ਪਹਿਲਾਂ ਵੀ ਦੇਸ਼ ਨੂੰ ਛੱਡ ਕੇ ਅੰਗਰੇਜ਼ਾਂ ਨਾਲ ਮਿਲ ਗਏ ਸੀਗੇ, ਉਸ ਤੋਂ ਬਾਅਦ ਉੱਥੇ ਫਾਇਦੇ ਉਠਾਉਂਦੇ ਰਹੇ, ਕਾਂਗਰਸ ਛੱਡਤੀ, ਕਦੇ ਅਕਾਲੀ ਦਲ 'ਚ ਵਗ ਗਏ, ਅਕਾਲੀ ਦਲ ਛੱਡ ਕੇ ਬੀਜੇਪੀ 'ਚ ਵਗ ਗਏ। ਇਹ ਨਿੱਜੀ ਮੁਫਾਦ ਦੇਖਣ ਵਾਲੇ ਲੋਕ ਨੇ, ਮੈਂ ਜਿਸ ਟੱਬਰ 'ਚ ਪੈਦਾ ਹੋਈ ਹਾਂ ਉੱਥੇ ਅਸੀਂ ਨਿੱਜੀ ਮੁਫਾਦ ਨੂੰ ਬਾਹਰ ਕੇ ਆਪਣੀ ਪਾਰਟੀ ਦੇ ਦੇਸ਼ ਦਾ ਮੁਫਾਦ ਦੇਖਿਆ। ਜਿੰਦਰ ਕੌਰ ਭੱਠਲ ਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫਨ ਵੀ ਕਾਂਗਰਸ ਪਾਰਟੀ ਦਾ ਉੱਠੂਗਾ। ਕਿਸ ਤਰ੍ਹਾਂ ਦੇਖ ਰਹੇ ਹੋ ਜਿਸ ਤਰ੍ਹਾਂ ਭਾਜਪਾ ਲਗਾਤਾਰ ਜਿਹੜੇ ਵੱਡੇ ਆਗੂ ਨੇ ਲੀਡਰ ਨੇ ਉਹਨਾਂ ਨੂੰ ਔਫਰਾਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਸਾਡੀ ਪਾਰਟੀ 'ਚ ਉਹ 25 ਕਰੋੜ ਦੀ ਔਫਰ ਦਿੱਤੀ, ਕਦੇ 20 ਕਰੋੜ ਦੀ ਦੇਤੀ, ਕਿਸੇ ਨੂੰ ਕੁਛ ਦੇਤਾ, ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਰਾਜਨੀਤੀ ਨੂੰ? ਦੇਖੋ ਇਹ ਸੱਚ ਹੈ ਜਾਂ ਝੂਠ ਹੈ ਮੈਨੂੰ ਨਹੀਂ ਪਤਾ, ਕਈ ਵਾਰੀ ਇਹਦਾ ਮੁੱਲ ਵੀ ਲੋਕ ਵਧਾਉਂਦੇ ਹੈ, ਲੇਕਿਨ ਇਹਦਾ ਮਤਲਬ ਕਿ ਇਹਨਾਂ ਪਾਰਟੀਆਂ ਦਾ ਦੁਆਲਾ ਨਿਕਲ ਗਿਆ। ਅੱਜ ਇਹ ਕਾਂਗਰਸ ਮੁਕਤ ਜਿਹੜੇ ਕਹਿੰਦੇ ਸੀ ਦੇਸ਼ ਕਰਾਵਾਂਗੇ, ਅੱਜ ਕਾਂਗਰਸ ਵਾਲਿਆਂ ਦੇ ਮੂਹਰੇ ਝੋਲੀ ਅੱਡ ਕੇ ਕਾਂਗਰਸੀਆਂ ਨੂੰ ਵੈਲਕਮ ਕਰ ਰਹੇ ਗੇਟ ਲਾ ਕੇ, ਲੇਕਿਨ ਇਹ ਗੱਲ ਮਾੜੀ ਹੈਗੀ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿਸੇ ਦਾ ਤੁਸੀਂ ਜਾ ਕੇ ਬੰਦਾ ਆਪਦੇ ਜਾਓਗੇ, ਜੇ ਸਾਨੂੰ ਛੱਡ ਕੇ ਉਹਨਾਂ ਕੋਲ ਜਾਊ ਤਾਂ ਉਹਨਾਂ ਕੋਲ ਕਿਵੇਂ ਰਹਿ ਜੂਗਾ? ਫਾਰ ਐਗਜ਼ਾਮਪਲ ਆਪ ਵਾਲੇ ਸਾਡਾ ਬੰਦਾ ਲੈ ਕੇ ਗਏ ਸੀ, ਅੱਜ ਉਹ ਆਪ ਕੋਲ ਨਹੀਂ ਰਿਹਾ, ਬੀਜੇਪੀ 'ਚ ਵੱਗ ਗਿਆ। ਇਹ ਰਵਾਇਤ ਬਹੁਤ ਮਾੜੀ ਹੈ, ਇਹ ਪਾਰਟੀਆਂ ਇੰਨੀਆਂ ਕਮਜ਼ੋਰ ਅਤੇ ਵੀਕ ਹੋ ਗਈਆਂ, ਇਹਨਾਂ ਦੀ ਲੀਡਰਸ਼ਿਪ ਹੀ ਮੁੱਕ ਗਈ ਵੋਟਾਂ ਦੀ, ਤਾਂ ਗੱਲ ਹੀ ਛੱਡ ਦਿਓ ਤੁਸੀਂ। ਹੁਣ ਇੱਥੇ ਦੀ ਗੱਲ ਕਰੀਏ, ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਦੇਖ ਰਹੇ ਹੋ, ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ, ਇਹ ਦੁਬਾਰਾ ਫਿਰ ਗੱਠਜੋੜ ਇਹਨਾਂ ਦਾ ਹੋ ਗਿਆ, ਭਾਜਪਾ ਨਾਲ ਇਹਨਾਂ ਦਾ ਗੱਠਜੋੜ ਨਹੀਂ ਹੋਇਆ, ਤਾਂ ਕਾਂਗਰਸ ਕਿਸ ਕੈਂਡੀਡੇਟ ਨੂੰ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੈ ਕੇ ਆ ਰਹੀ ਹੈ? ਕਿਉਂਕਿ ਕਾਂਗਰਸ ਇੱਕ ਵੱਡੀ ਸੀਟ ਹੈ, ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ, ਉਹ 2 ਵਾਰ MP ਰਹਿ ਚੁੱਕੇ ਆ, ਕਿਸ ਤਰ੍ਹਾਂ ਦੇਖ ਰਹੇ ਸੀ? ਦੇਖੋ ਜਿੱਥੋਂ ਤੱਕ ਅਕਾਲੀ ਦਲ ਕਰਕੇ ਪਰਮਿੰਦਰ ਢੀਂਡਸੇ ਦਾ ਨਾਂ ਆ ਜਾਂਦਾ, ਢੀਂਡਸਾ ਪਰਿਵਾਰ ਦਾ, ਉਹਨਾਂ ਦਾ ਪੂਰਾ ਸੰਗਰੂਰ 'ਤੇ ਕਬਜ਼ਾ ਰਿਹਾ, ਪੂਰੀ ਇੱਥੋਂ ਦੀ ਚੀਫ ਮਿਨਿਸਟਰੀ ਮੰਗੀ ਉਹ ਚਲਾਉਂਦੇ ਸੀ ਸਾਰਾ ਕੁਝ, ਤਾਂ ਅੱਜ ਵੀ ਪਾਰਟੀ ਕੀਤੀ ਹੈ। ਲੇਕਿਨ ਮੈਂ ਸਮਝਦੀ ਹਾਂ ਕਿ ਆਪਣਾ ਉਹਨਾਂ ਨੇ ਕਿਰਦਾਰ ਦੇ ਦਾਗਦਾਰ ਕਰ ਲਿਆ। ਇੱਕ ਬੰਦਾ ਕਿਸੇ ਕਾਰਨ ਕਰਕੇ ਛੱਡ ਕੇ ਗਿਆ, ਵੀ ਖਾਸ ਤੌਰ 'ਤੇ ਸੀਨੀਅਰ ਲੀਡਰ ਜਾਂ ਉਹਨਾਂ ਪਰਿਵਾਰ, ਅਤੇ ਉਹਨਾਂ ਕਾਰਨਾਂ ਕਰਕੇ ਛੱਡ ਕੇ ਅੱਜ ਜਿਹੜੇ ਕਾਰਨਾਂ ਕਰਕੇ ਛੱਡ ਕੇ ਗਏ ਸੀ ਉਹ ਕਾਰਨ ਤਾਂ ਉੱਥੇ ਖੜ੍ਹੇ ਨੇ। ਸੁਖਬੀਰ ਵੀ ਉਹੀ ਪ੍ਰਧਾਨ ਹੈ, ਉਸੇ ਤੋਂ ਹੁਣ ਟਿਕਟ ਲੈਣ ਨੂੰ ਫਿਰਦੇ ਆ, ਉਸੇ ਨੂੰ ਜਿੰਦਾਬਾਦ ਕਹਿਣ ਨੂੰ ਫਿਰਦੇ ਨੇ, ਪੁਰਾਣੀ ਤਨਖਾਹ 'ਤੇ ਕੰਮ ਕਰਨ ਲੱਗ ਗਏ। ਤਾਂ ਇਹਨਾਂ ਦਾ ਕਿਰਦਾਰ ਕਿ ਆਪਦੇ ਲਈ ਜਿਹਨਾਂ ਨੂੰ ਲੋੜ ਪਵੇ, ਸਾਨੂੰ ਫਿਰ ਜਿੱਤਣਾ ਹੈ, ਅਸੀਂ ਫਿਰ ਖੜ੍ਹਨਾ ਹੈ, ਅਸੀਂ ਫਿਰ ਆਉਣਾ ਹੈ, ਚਾਰੇ ਪਾਸੇ ਹੱਥ ਪੈਰ ਮਾਰ ਕੇ ਦੇਖਿਆ, ਜਦੋਂ ਕੁਛ ਨਹੀਂ ਬਣਿਆ ਤਾਂ ਕਿ ਸੁਖਬੀਰ ਦੇ ਪੈਰੀਂ ਪੈ ਗਏ। ਲੋਕ ਇਹੋ ਜਿਹੇ ਲੋਕਾਂ ਨੂੰ ਮਾਫ਼ ਨਹੀਂ ਕਰਦੇ, ਜਿਹੜੇ ਸਿਰਫ ਜੇ ਛੱਡਣਾ ਸੀ, ਜੇ ਜਾਣਾ ਸੀ, ਜੇ ਆਉਣਾ ਸੀ, ਕਿੰਨਾ ਸਾਲ ਉੱਤੇ ਰਹੇ ਮੈਂਬਰ ਪਾਰਲੀਮੈਂਟ ਸੁਖਦੇਵ ਢੀਂਡਸਾ, ਕਿਉਂ ਨਹੀਂ ਕਿਸਾਨਾਂ ਦਾ ਮਕਸਦ ਹੱਲ ਕਰਾਇਆ? ਕਿਉਂ ਨਹੀਂ ਇਹ ਜਿਹੜੇ ਮਰਜੀ ਬੜੇ ਵਾਲੇ ਦੀ ਗੱਲ ਕਰਦੇ ਸੀ ਉਹਨਾਂ ਦੀ ਗੱਲ ਕੀਤੀ? ਕਿਉਂ ਨਹੀਂ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ? ਇਹ ਸਾਰਾ ਕੁਝ ਕਰਾਇਆ ਨਹੀਂ ਅੱਜ ਆਪਣੇ ਬੇਟੇ ਲਈ ਕਿ ਮੇਰਾ ਬੇਟਾ ਜਿੱਤ ਕੇ ਆਜੂਗਾ,
ਬੀਜੇਪੀ ਨੇ ਤਾਂ ਨਹੀਂ ਕੀਤਾ ਵੀ ਜਿਹੜਾ ਪੇਂਡੂ ਲਾਣਾ ਹੈ ਬੀਜੇਪੀ ਦੇ ਖਿਲਾਫ਼ ਹੈ, ਅਸੀਂ ਅਕਾਲੀ ਦਲ ਨਾਲ ਰਲ ਕੇ ਸ਼ਾਇਦ ਪੇਰ ਪਾਰ ਲੰਘ ਜਾਈਏ। ਸੋ ਇਹ ਮੰਦਭਾਗੀ ਗੱਲ ਹੈਗੀ ਹੈ ਅਤੇ ਇਹ ਮੈਂ ਸਮਝਦੀ ਹਾਂ ਇੱਕ ਮਾੜੀ ਰਵਾਇਤ ਹੈ। ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇ ਇੱਥੇ ਪੰਜਾਬ ਦੇ ਵਿੱਚ ਲੜਦੀ ਹੈ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜਿਸ ਤਰ੍ਹਾਂ ਪਹਿਲਾਂ MLA ਦੀ ਇਲੈਕਸ਼ਨ। ਦੇਖੋ ਕਿਸਾਨਾਂ ਦਾ ਤਾਂ ਹੱਕ ਬਣਦਾ, ਜਿਵੇਂ ਬੀਜੇਪੀ ਨੇ ਰੋਲਿਆ ਹੈ, ਧੱਕਾ ਕੀਤਾ ਹੈ, ਮਾਰਿਆ ਹੈ, ਤਾਂ ਕਿਉਂ ਨਾ ਉਹ ਕਰਨ। ਕਿਸਾਨਾਂ ਨਾਲ ਘੱਟ ਕੀਤੇ ਆ ਬੀਜੇਪੀ ਨੇ, ਪਰ ਜਿਹੜੇ ਬੀਜੇਪੀ ਨਾਲ ਹੱਥ ਮਿਲਾਉਣ ਲਈ ਤਰਲੋ ਮੱਛੀ ਹੋ ਰਹੇ ਸੀ, ਅਜੇ ਵੀ ਮੈਨੂੰ ਪਤਾ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਜੀ ਵੀ ਉਹਨਾਂ ਦੇ ਪੈਰ ਫੜੀ ਫਿਰਦੇ ਆ, ਕਰ ਲਓ ਸਾਡੇ ਨਾਲ। ਅੱਜ ਆਪਦੇ ਵਾਸਤੇ ਤੁਸੀਂ ਕਰਦੇ ਹੋ, ਦੂਜਿਆਂ ਦੇ ਲੱਗੀ ਕਿਸਾਨਾਂ ਦੇ ਤਾਂ ਉਹ ਹੈਗੀ ਹੈ ਬਸੰਤਰ, ਤੁਹਾਡੇ ਲੱਗੀ ਹੈ ਘਰੇ ਅੱਗ। ਅੱਜ ਇਹ ਮਿੰਨਤਾਂ ਕਰਦੇ ਫਿਰਦੇ ਨੇ। ਸੋ ਮੈਂ ਸਮਝਦੀ ਹੈਗੀ ਹਾਂ ਕਿ ਕਿਸਾਨਾਂ ਦਾ ਹੱਕ ਬਣਦਾ, ਔਰ ਇਸੇ ਕਰਕੇ ਅਕਾਲੀ ਦਲ ਹੁਣ ਸਮਝਦਾ ਕਿ ਚਲੋ ਜਿਹੜਾ ਬਚ ਗਿਆ ਡੁੱਲੀ ਨਹੀਂ ਦਾਲ ਤਾਂ ਆਪਾਂ ਇਸ ਤਰ੍ਹਾਂ ਹੀ ਖਾ ਲਵਾਂਗੇ।